15 ਅਗਸਤ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਪੁਲਿਸ ਦੀਆਂ ਕੀ ਕੁਝ ਤਿਆਰੀਆਂ ਨੇ? ਮੋਹਾਲੀ ਦੇ ਵਿੱਚ ਖੜੇ ਇਸ ਵਕਤ SSP ਮੋਹਾਲੀ ਸਾਡੇ। ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ। ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ। ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ। ਇਹਨਾਂ ਦੀ ਮੌਜੂਦਗੀ ਦੇ ਚਲਦਿਆਂ SSF ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਹੈਲਿਕਸ ਗੱਡੀ ਇੱਕ ਐਸੀ ਗੱਡੀ ਹੈ ਜਿਹਦੇ ਵਿੱਚ ਬਹੁਤ ਪਾਵਰ ਆ। ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ। 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ, ਕੋਈ ਟਰੱਕ ਖੜਾ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ। ਨਾਲੇ ਸਰ ਕਿੰਨੀ ਫੋਰਸ ਲਗਾਈ ਗਈ ਹੈ ਇਸ ਪ੍ਰੋਗਰਾਮ ਦੇ ਵਿੱਚ ਔਰ ਕਮਾਂਡਰ ਜਿਹੜੇ ਨੇ ਕਿਹੜੇ ਨੇ, ਪਰੇਡ ਨੂੰ ਕਮਾਂਡ ਕੌਣ ਕਰੇਗਾ? ਜੀ ਫੋਰਸ ਜਿਹੜੀ ਹੈਗੀ ਮੈਕਸੀਮਮ ਡਿਪਲੋਇਮੈਂਟ ਅਸੀਂ ਕੀਤੀ ਗਈ ਹੈ, ਜਿਹਦੀ ਕਾਊਂਟ ਐਗਜੈਕਟ ਕਾਊਂਟ ਅਸੀਂ ਸਿਕਿਉਰਟੀ ਰੀਜ਼ਨਸ ਕਰਕੇ ਨਹੀਂ ਦੱਸਦੇ। ਸਾਡੇ ਯੰਗ PPS ਆਫਿਸਰ ਪਰੇਡ ਨੂੰ ਕਮਾਂਡ ਕਰ ਰਹੇ, ਉਹਨਾਂ ਦੀ ਰਿਹਰਸਲ ਬਹੁਤ ਅੱਛੀ ਹੋ ਚੁੱਕੀ ਹੈ। ਸੋ ਪਰੇਡ ਦਾ ਮੈਨੂੰ ਯਕੀਨ ਹੈ ਕਿ ਮੁਜ਼ਾਹਰਾ ਜਿਹੜਾ ਹੈਗਾ ਉਸ ਦਿਨ ਬਹੁਤ ਆਲੀਸ਼ਾਨ ਰਹੇਗਾ। ਕਿੰਨੀ ਤੁਹਾਡੀਆਂ ਪੁਲਿਸ ਦੀਆਂ ਕਿੰਨੀਆਂ ਟੁਕੜੀਆਂ ਰਹਿਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਔਰ ਕਿਸ ਕਿਸ ਤਰੀਕੇ ਦੇ ਨਾਲ ਪ੍ਰੈਜੈਂਟੇਸ਼ਨ ਕਰਨਗੇ? ਜਿਹੜੀ ਜੀ ਹਰ ਵਾਰ ਦੀ ਤਰਤੀਬ ਹੁੰਦੀ ਹੈ, ਪੁਲਿਸ ਹੁੰਦੀ ਹੈ, NCC ਹੁੰਦੀ ਹੈ, ਸੇਮ ਤਰਤੀਬ ਦੇ ਮੁਤਾਬਿਕ ਰਹੇਗਾ। ਬਾਕੀ ਸਿਕਿਉਰਿਟੀ ਪੱਖੋਂ ਇਹ ਹੈ ਕਿ ਜਿਹੜੇ ਸਾਡੇ ਅੰਦਰ ਬਾਹਰ ਫੋਰਸ ਹੈਗੀ, ਨਾਕੇਬੰਦੀ ਹੈਗੀ, ਲੋਅ ਐਂਡ ਆਰਡਰ ਡਿਊਟੀਜ਼ ਹੈਗੀ, ਉਹ ਸਾਰੀ ਇਨ ਪਲੇਸ ਹੈਗੀ ਹੈ। ਬਾਹਰੋਂ ਵੀ ਸਾਨੂੰ ਫੋਰਸ ਮਿਲੀ, ਲੋਕਲ ਫੋਰਸ ਵੀ ਜਿਹੜੀ ਸਾਡੀ ਸਾਰੀ ਦੀ ਸਾਰੀ ਫੌਜ ਜਿਹੜੀ ਉਸ ਦਿਨ ਅਸੀਂ ਆਪ ਵੀ ਆਪਣੀ ਡਿਊਟੀਆਂ 'ਤੇ ਹਾਜ਼ਰ ਰਹਾਂਗੇ। ਸਪੈਸ਼ਲ ਨਾਕੇ ਕਿੰਨੇ ਕੁ ਲਗਾਏ ਗਏ ਨੇ? ਉਸ ਤੋਂ ਬਾਅਦ ਟ੍ਰੈਫਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ, ਟ੍ਰੈਫਿਕ ਨੂੰ ਕਿਵੇਂ ਜਿਹੜਾ ਡਾਇਵਰਸੀਫਿਕੇਸ਼ਨ ਕਰਨਾ ਸਰ? ਜੀ ਉਹ ਐਡਵਾਈਜ਼ਰੀ ਜਿਹੜੀ ਹੈਗੀ ਟਾਈਮ ਟੂ ਟਾਈਮ ਅਸੀਂ ਇਸ਼ੂ ਕਰ ਦਾਂਗੇ, ਜੇ ਕੋਈ ਚੇਂਜਸ ਵੀ ਹੁੰਦੇ ਵੀ ਜਿਹੜੇ ਲੋਕਾਂ ਨੂੰ ਅਸੀਂ ਸੋਸ਼ਲ ਮੀਡੀਆ ਰਾਹੀਂ ਇਨਫੋਰਮ ਕਰਦੇ ਰਹਾਂਗੇ। ਸੋ ਨਾਕਾਬੰਦੀ ਜਿਹੜੀ ਹੈਗੀ, ਸ਼ਿਫਟਿੰਗ ਨਾਕਾਬੰਦੀ ਵੀ ਸ਼ਹਿਰ ਦੇ ਵਿੱਚ ਚੱਲਦੀ ਰਹੇਗੀ, ਚੈਕਿੰਗ ਵੀ ਬਾਦਸਤੂਰ ਚੱਲਦੀ ਰਹੇਗੀ। ਸੋ ਇਸ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ SSP ਮੋਹਾਲੀ ਸਮੇਤ ਤਮਾਮ ਜਿਹੜੇ ਪੁਲਿਸ ਆਫਿਸਰ ਨੇ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ। ਫੁੱਲ ਰਹਿਸ ਜਿਹੜੀ ਰਹਿਸਲ ਹੈ ਉਹ ਜਾਰੀ ਹੈ ਤਾਂ ਕੀ ਕੁਝ ਕਿਵੇਂ ਤਿਆਰੀਆਂ ਜਿਹੜੀਆਂ ਮੁਕੰਮਲ ਹੁੰਦੀਆਂ ਨੇ ਉਹ ਦੇਖਣਾ ਹੋਵੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵਰਾ TV, ਚੰਡੀਗੜ੍ਹ। ਉਹ ਐਡਵਾਈਜ਼ ਜਿਹੜੀ ਹੈਗੀ ਟਾਈਮ ਟੂ ਟਾਈਮ ਅਸੀਂ ਇਸ਼ੂ ਕਰ ਦਾਂਗੇ, ਜੇ ਕੋਈ ਚੇਂਜਸ ਵੀ ਹੁੰਦੇ ਵੀ ਜਿਹੜੇ ਲੋਕਾਂ ਨੂੰ ਅਸੀਂ ਸੋਸ਼ਲ ਮੀਡੀਆ ਰਾਹੀਂ ਇਨਫੋਰਮ ਕਰਦੇ ਰਹਾਂਗੇ। ਸੋ ਨਾਕਾਬੰਦੀ ਜਿਹੜੀ ਹੈਗੀ, ਸ਼ਿਫਟਿੰਗ ਨਾਕਾਬੰਦੀ ਵੀ ਸ਼ਹਿਰ ਦੇ ਵਿੱਚ ਚੱਲਦੀ ਰਹੇਗੀ, ਚੈਕਿੰਗ ਵੀ ਬਾਦਸਤੂਰ ਚੱਲਦੀ ਰਹੇਗੀ। ਸੋ ਇਸ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ SSP ਮੋਹਾਲੀ ਸਮੇਤ ਤਮਾਮ ਜਿਹੜੇ ਪੁਲਿਸ ਆਫਿਸਰ ਨੇ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ। ਫੁੱਲ ਰਹਿਸ ਜਿਹੜੀ ਰਹਿਸਲ ਹੈ ਉਹ ਜਾਰੀ ਹੈ ਤਾਂ ਕੀ ਕੁਝ ਕਿਵੇਂ ਤਿਆਰੀਆਂ ਜਿਹੜੀਆਂ ਮੁਕੰਮਲ ਹੁੰਦੀਆਂ ਨੇ ਉਹ ਦੇਖਣਾ ਹੋਵੇਗਾ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕੰਗ, ਦੈਨਿਕ ਸਵਰਾ TV, ਚੰਡੀਗੜ੍ਹ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।